ब्रेक तो बाद मुड़ तो हाजिर हाँ। रुक करांगे अगली खबर दा। बठिंडा दे पिंड भाई बकतौर दे खेतां विच चिट्टा विकण दे बोर्ड लगे ने। नौजवान ने बोर्ड ते लिखिया चिट्टा इधर मिलदा है। सोशल मीडिया ते बोर्ड दी वीडियो वायरल हो रही है। नौजवान ने पंजाब सरकार ते नशे ते ठल ना पाउण दे दोष लगाए ने। यहाँ जिस नाल सरेआम नशा विकदा नजर आंदा है। आए दिन नौजवानों की मौत हो रही है। भावे नौजवान मुंडे होन या कुड़ियां इस दे विच फसते जा रहे हैं और इस दे चलदियां सरकार दे कन्नी आवाज पहुंचाने की या सरकार नूं चेते कराने की किस तरह नाल सरकार ने दावे किए सन कि नशे ते ठल पाई जा रही है। सो इसते जरा दिखाने के लिए ही यह बोर्ड लगाया गया। उसने कहा कि पिंड जोधपुर में सरेआम चिट्टा विक रहा है पर कार्रवाई नहीं होती। नौजवान का दावा है कि दुशहरे मौके जिले में चिट्टे करके तीन नौजवानों की मौत हो गई। सो अपने तरीके दे नाल अपना रोस भी दिखाने लिए ते सरकार दा जिहड़े दावे ने उसकी पोल खोलदिया यह जिहड़ा बोर्ड नजर आ रहा है जिस विच लिखा होया कि चिट्टा इत्थे मिलदा और आए दिन भावें पिंडां दे विच होण या शहरां दे विच होण लोकां दा साफ तौर ते कहना है कि सरेआम नशा विकदा है। पुलिस प्रशासन नूं लगातार इस दे बारे दस्या भी जांदा है लेकिन इस दे बावजूद कोई कार्रवाई नहीं होंदी। सो यह जिहड़ा बोर्ड है अपने आप दे विच बहुत सारियां गल्लां कह रहा है जो खासा वायरल भी हो रहा है। कारण की है लिखण दा भी चिट्टा इधर मिलता है। मैं साडा पिंड है जी भाई बखतौर, नाम लखवीर सिंह। शायद इस गल तो बाद मेरे उपर कोई प्रशासन कोई परचा भी कर दे शायद इस गल का, क्योंकि चिट्टे वालों नूं फड़न दे विच ये सरकार है जिहड़ी नाकामयाब रही आ। इन्हां कोले झूठ फरेब सीगे जदों इन्हां दी सरकार आई सीगी भी असीं जिहड़ा हैगा मामा नूं इन्हां ने झूठे वादे कीते सी पंजाब दियां नूं भी तुहाडे पुत्तां नूं असीं बचावांगे। चलो तां छड्डो सरकार दी गल आ। ਇਹ ਬੋਰਡ ਲਾਉਣ ਦਾ ਮਕਸਦ ਇਹ ਹੈਗਾ, ਮੈਂ ਖੜਾ ਪਿੰਡ ਭਾਈ ਬਖਤੌਰ, ਸਾਡੇ ਪਿੰਡ ਦੇ ਵਿੱਚ 18-18 ਸਾਲਾਂ ਦੇ ਨੌਜਵਾਨ, 16-16 ਸਾਲਾਂ ਦੇ ਨੌਜਵਾਨ, 16-17 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਆ, 16-16 ਸਾਲਾਂ ਦੇ ਨੌਜਵਾਨ ਆ ਜਿਹੜੇ ਉਹ ਚਿੱਟੇ ਦੀ ਭੇਟ ਚੜ ਰਹੇ ਨੇ। ਕਈ ਨੌਜਵਾਨਾਂ ਦੀ ਇੱਥੇ ਮੌਤ ਹੋ ਚੁੱਕੀ ਆ। ਆਹ 2-3 ਦਿਨਾਂ ਦੇ ਵਿੱਚ ਸਾਡੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ 3 ਨੌਜਵਾਨਾਂ ਦੀ ਮੌਤ ਹੋ ਗਈ, 1 ਨੌਜਵਾਨ ਦੀ ਮੌਤ ਜਗਾ ਰਾਮ ਤੀਰਥ ਹੋ ਗਈ ਸਿਰਫ ਚਿੱਟੇ ਦਾ ਕਰਕੇ। ਇਹ ਬੋਰਡ ਇਸੇ ਕਰਕੇ ਲਾਇਆ ਗਿਆ ਇੱਥੇ ਵੀ ਚਿੱਟਾ ਇੱਧਰ ਮਿਲਦਾ ਹੈ। ਇੱਧਰ ਪਿੰਡ ਹੈ ਇੱਕ, ਮੈਂ ਨਾਮ ਨਹੀਂ ਨਾਮ ਵੀ ਲੈ ਦੂੰਗਾ, ਉੱਥੋਂ ਦੇ ਭਰਾਵਾਂ ਨਾਲ ਮੇਰੀ ਗੱਲ ਵੀ ਹੋਈ ਆ। ਪਿੰਡ ਜੋਧਪੁਰ ਦੇ ਲੋਕ ਖੁਦ ਅੱਕੇ ਪਏ ਆ ਇਸ ਗੱਲ ਤੋਂ ਕਿ ਅਸੀਂ ਯਾਰ ਅੱਕੇ ਹੋਏ ਹਾਂ ਇਸ ਗੱਲ ਤੋਂ ਕਿ ਸਾਡੇ ਪਿੰਡ ਦਾ ਬੁਰਾ ਹਾਲ ਹੋਇਆ ਪਿਆ ਗਾ, ਕਿਉਂਕਿ ਜਿਹੜੇ ਵੇਚਣ ਵਾਲੇ ਆ ਨਾ ਚਿੱਟਾ ਉਹ ਸ਼ਰੇਆਮ ਵੇਚਦੇ ਆ, ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ, ਉਹਨਾਂ ਨੂੰ ਕਿਸੇ ਦਾ ਕੋਈ ਖੌਫ ਨਹੀਂ ਹੈਗਾ। ਬਠਿੰਡਾ ਤੋਂ ਸਾਡੇ ਸਹਿਯੋਗੀ ਮਨੀਸ਼ ਜੁੜ ਗਏ ਨੇ। ਮਨੀਸ਼, ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਤਸਵੀਰਾਂ ਸੂਬੇ ਚੋਂ ਸਾਹਮਣੇ ਆ ਰਹੀਆਂ ਨੇ, ਭਾਵੇਂ ਉਹ ਨੌਜਵਾਨ ਹੈ ਭਾਵੇਂ ਉਹ ਕੁੜੀਆਂ ਨੇ, ਨਸ਼ਾ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਨਸ਼ੇ ਵਿੱਚ ਇਸ ਤਰ੍ਹਾਂ ਟੱਲੀ ਨੇ ਕਿ ਆਪਣੇ ਪੈਰ ਵਿੱਚ ਖੜਿਆ ਨਹੀਂ ਹੋਇਆ ਜਾ ਰਿਹਾ। ਤੇ ਉੱਥੇ ਵੀ ਇਲਾਕਾ ਵਾਸੀਆਂ ਦਾ ਇਹੀ ਬਿਆਨ ਸੀ ਕਿ ਸ਼ਰੇਆਮ ਨਸ਼ਾ ਵਿਕ ਰਿਹਾ ਤੇ ਇੱਥੇ ਇਸ ਨੌਜਵਾਨ ਨੇ ਵੱਖਰਾ ਤਰੀਕਾ ਅਪਣਾਇਆ ਸਰਕਾਰਾਂ ਨੂੰ ਜਗਾਉਣ ਦਾ। ਬਿਲਕੁਲ ਰਾਧਾ, ਦੇਖੋ ਲਗਾਤਾਰ ਬਠਿੰਡਾ ਜ਼ਿਲ੍ਹਾ ਤੇ ਖਾਸ ਕਰ ਪੰਜਾਬ ਦੀ ਸੁਰਖੀਆਂ ਚ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਚਿੱਟੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਕਿਤੇ ਚਿੱਟੇ ਨਾਲ ਮੌਤ ਹੋ ਰਹੀ ਹੈ, ਕਿਤੇ ਚਿੱਟੇ ਨਾਲ ਝੂਮਦੇ ਜਿਹੜੇ ਨੌਜਵਾਨ ਦੇਖੇ ਜਾ ਰਹੇ ਨੇ, ਚਿੱਟਿਆ ਨਸ਼ਾ ਕਰਕੇ ਇਸ ਤਰ੍ਹਾਂ ਸੜਕਾਂ ਤੇ ਡਿੱਗ ਰਹੇ ਨੇ। ਤੇ ਲਗਾਤਾਰ ਬਠਿੰਡੇ ਜ਼ਿਲ੍ਹੇ ਚ ਮੌਤਾਂ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ। ਬੀਤੇ ਦਿਨ ਵੀ ਇੱਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋਈ ਸੀ ਤੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਤਲਵੰਡੀ ਸਾਬੋ ਦੀ ਹਲਕਾ ਵਿਧਾਇਕ ਬਲਜਿੰਦਰ ਕੌਰ ਦੇ ਪਿੰਡ ਚ ਵੀ ਇੱਕ ਨੌਜਵਾਨ ਦੀ ਮੌਤ ਹੋਈ ਸੀ। ਤਾਂ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਇੱਕ ਟੀਚਰ ਵੀ ਹੈ, ਸਪੋਰਟਸ ਟੀਚਰ ਜਿਹੜਾ ਚਿੱਟੇ ਸਮੇਤ ਫੜਿਆ ਗਿਆ ਗਾ, ਤਾਂ ਹੁਣ ਇਹ ਨੌਜਵਾਨਾਂ ਨੇ ਇੱਕ ਸਰਕਾਰ ਖਿਲਾਫ ਰੋਸ ਜਾਹਰ ਕਰਨ ਲਈ ਇੱਕ ਵੀਡੀਓ ਪਾਈ ਹੈ, ਇੱਕ ਬੋਰਡ ਲਗਾ ਕੇ ਦੱਸਿਆ ਵੀ ਇੱਥੇ ਜਿਹੜਾ ਚਿੱਟਾ ਸ਼ਰੇਆਮ ਵਿਕਦਾ ਗਾ ਤੇ ਉਹ ਲਗਾਤਾਰ ਨੌਜਵਾਨ ਆ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਵੀਡੀਓ ਵਾਇਰਲ ਕਰ ਲਿਆ ਤੇ ਪੰਜਾਬ ਸਰਕਾਰ ਦੇ ਜਿਹੜੇ ਵਾਅਦੇ ਸੀ ਨਸ਼ਾ ਬੰਦ ਕਰਨ ਦੇ ਤੇ ਪਿਛਲੇ ਦਿਨ ਭਗਵੰਤ ਮਾਨ ਮੁੱਖ ਮੰਤਰੀ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਇੰਨੀ ਛੇਤੀ ਨਸ਼ਾ ਬੰਦ ਨਹੀਂ ਹੋ ਸਕਦਾ। ਇਹ ਗਿੱਦੜ ਸਿੰਘ ਜੀ ਨਹੀਂ ਜਿਹੜੀ ਜਲਦੀ ਅਸੀਂ ਦੇਖੀਏ ਤੇ ਇਸੇ ਤਰ੍ਹਾਂ ਨਸ਼ਾ ਬੰਦ ਕੀਤੇ, ਉਸ ਬਿਆਨ ਨੂੰ ਵੀ ਲਗਾਤਾਰ ਨੌਜਵਾਨ ਨੇ ਜਿਹੜੇ ਸਖਤੇ ਨਾਲ ਬਿਲਕੁਲ ਮਨੀਸ਼, ਕਿਉਂਕਿ ਪਹਿਲਾਂ ਕੁਝ ਹੋਰ ਦਾਅਵੇ ਕੀਤੇ ਜਾਂਦੇ ਸਨ ਜਦੋਂ ਸਰਕਾਰ ਬਣਾਉਣੀ ਸੀ ਤਾਂ ਕਿਹਾ ਸੀ ਕਿ ਬਹੁਤ ਛੇਤੀ ਹੀ ਨਸ਼ਾ ਖਤਮ ਕਰਤਾ ਜਾਏਗਾ, ਲੇਕਿਨ ਕੀ ਹਾਲਾਤ ਨੇ ਸੂਬੇ ਦੇ ਕਿਸੇ ਤੋਂ ਲੁਕੇ ਨਹੀਂ ਹਨ। ਬਹੁਤ ਬਹੁਤ ਸ਼ੁਕਰੀਆ ਮਨੀਸ਼ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਲਈ। ਫਿਲਹਾਲ ਜਿਸ ਤਰ੍ਹਾਂ ਦੇ ਨਾਲ ਇਹ ਖਾਸਾ ਵਾਇਰਲ ਹੋ ਰਿਹਾ ਹੈ ਜੋ ਪੋਸਟਰ ਲਗਾਇਆ ਇਸਦੀ ਵੀਡੀਓ ਔਰ ਜੋ ਨੌਜਵਾਨ ਦਾ ਕਹਿਣਾ ਹੈ ਕਿ ਕਿਸ ਤਰ੍ਹਾਂ ਨਾਲ ਸ਼ਰੇਆਮ ਨਸ਼ਾ ਵਿਕ ਰਿਹਾ ਅਤੇ ਸਰਕਾਰਾਂ ਦੇ ਦਾਅਵਿਆਂ ਦੀ ਇਹ ਪੋਲ ਖੋਲਦਾ ਇਹ ਪੋਸਟਰ ਇਹ ਵੀਡੀਓ ਹੈ।